दोस्तों हमारी वीडियो अच्छी लगी हो तो हमारे चैनल पेंडू न्यूज़ को सब्सक्राइब करें, लाइक करें और बेल आइकन को दबाएं ताकि हर आने वाली नई वीडियो आप तक पहुंच सके। खाच भी खाच ना वरता दित्तो नु तो जलील कीती खड़ा ने तू समझया की अपने आप नु अकुती एक बात दे खाच दी खाचा किसे कुत्ते दा पोतरा ओए जो मेरे नाल कीती है ऐ ते दित्तो नाल आई ते किसे कीती नहीं है आज मैं तैनू छड़ना नहीं ते बाहर जाया किसे कुत्ते दा बच्चे है जलील कीती खड़ा जात दा कुत्ता ते दित्तो नु जफे है ते बाहर जा ना वरता आज मैं तैनू हर गेज माफ ही नहीं करना तैनू मैं छड़ना ही नहीं चबाल जाया कमीनिया तेरिया मैं ढाई लत्ता वाड़ देनिया ने ते ढूढ़ लत नाल फिरेगा इत्थे आ चबाल जे ना मिणता है उत्तों कुत्ता ते चिट्टा है अपने लो काटन पाई फिरदा चबाल जे ना मिणता तू पूछल वेख आकड़ी ये लगदा कलफ भी लवाई सो है चबाल जमाने पुरा वे ना खच दी खाचा जलील कीता उत्तू मैनू चौंसा भी नहीं लभदा पिया पता नहीं कित्थे मर गया ओ चौंसिया मैनू तां लगदा चौंसे नू कोई पिलपणा करके चूप गया ताज मैं तैनू नहीं ओ छड़ना तेरी मैं बोटी बोटी करके चैना गलनी तैनू मैं दसा चबाल जा ना वेता तेरी जात ही कुत्ता कुत्ता है तू चबाल जो तू मेरे नाल कीता मैनू जलील कीता तू मैनू एक एक टीका याद है 14 टीके मैनू लगे आण तैनू मैं दसा 14 दे मैं हस्पतालां दे चक्कर लाउंदा रहा उत्थे दित्तू जलील हुंदा रहा तैनू मैं दसा कुत्तिया चबड़ा जइया कारां पिछे इंज नसदे ने जिवें इहनां दा विच समान रह गया चबाल जे ना मिणता आण दित्तू नू जलील कीता इहने तुसीं मैनू ओ मेरी लोकी पूरा जमाना इज्जतां करदा तुसीं कुत्ते हो के मैनू जलील करदे हो चबड़ा जइया ਕਿੱਥੇ ਮਰ ਗਿਆ ਆ ਖਾਸ ਦੀ ਖਾਤਾ ਸਾਜੀ ਆਖ ਦਰਦਾ ਰਿਆ ਪਹਿਲੇ ਬਾਲੀਏ ਤੇ ਮੋਰ ਤਾਂ ਧਰੀਏ ਜੀ ਤਾਂ ਧਰੀਏ ਤੇਰਾ ਕੁੱਤੇ ਚਬਾਲ ਜੇ ਨਾ ਮਿਣ ਤਾਂ ਜ਼ਲੀਲ ਕੀਤੀ ਖੜਾ ਲੈ ਮੈਨੂੰ ਅੱਗ ਧਰਨ ਤੇ ਇੰਨਾ ਟਾਈਮ ਲਾ ਦਿੱਤਾ ਚਬਾਲ ਜੇ ਆ ਗੁੜ ਵੀ ਗੱਤੇ ਹੀ ਵੇਚੀ ਆ ਕੱਲ ਵਾਂਗੂ ਮਰਚਾਂ ਖਾਤ ਲਿਆ ਆ ਮੈਨੂੰ 14,444 ਨਿੱਛਾਂ ਆਈਆਂ ਪੂਰੀ ਰੋੜੀ ਗੁੜ ਦੀ ਉੱਤੇ ਗੱਤੀ ਹੈ ਜੀ ਉੱਥੇ ਨਾਲ ਖੜੋਵੇ ਨਾ ਉਹ ਕੁੱਤਾ ਤੇ ਤੂੰ ਬੰਦ ਹੋਰ ਲੱਗੇ ਦਿੱਤੂ ਤਮਾਸ਼ਾ ਕਰਨ ਲੱਗ ਪਿਆ ਬਹਿ ਜਾ ਇੱਥਾਂ ਚਬਾਲ ਜੇ ਨਾਵੇਂ ਤਾਂ ਇਹਨੂੰ ਅੱਜ ਮੈਂ ਨਹੀਂ ਹੋ ਸੜਨਾ ਤੈਨੂੰ ਮੈਂ ਦੱਸਾਂ ਚਬਾਲ ਜੇ ਨਾਵੇਂ ਤਾਂ ਪੂਰੇ ਪਿੰਡ ਦੇ ਵਿੱਚ ਬੇਖਬਰਾ ਹੋ ਕੇ ਫਿਰਦਾ ਆ ਕੋਈ ਟੈਨਸ਼ਨ ਨਹੀਂ ਨਹੀਂ ਤੈਨੂੰ ਚਬੜਾ ਬੇਫਿਕਰਾ ਤੇ ਆਪੇ ਹੀ ਫਿਰਨਾ ਸੋ ਨਾ ਤੈਨੂੰ ਬਿਜਲੀ ਦਾ ਬਿੱਲ ਧਰਨਾ ਪਾਉਂਦਾ ਹੈ ਔਰ ਨਾ ਚਬੜ ਜੇ ਤੈਨੂੰ ਰਾਸ਼ਨ ਦਾ ਪੈਸਾ ਦੇਣੇ ਪਾਉਂਦੇ ਨੇ ਨਾ ਤੇਰੀ ਕੋ ਬੀਵੀ ਹੈ ਵੀ ਜਿਹੜਾ ਤੇਰਾ ਸਿਰ ਖਾਵੇ ਚਬੜ ਜ਼ਮਾਨੇ ਦੀ ਕੁਤੀਕ ਉਸਤਾਦ ਜੀ ਇਸ ਕੁੱਤੇ ਨੂੰ ਕਿਉਂ ਬਾਨ ਕੇ ਮਾਰਦੇ ਪਏ ਹੋ ਜੀ ਵੇਖੋ ਰਕੇਸ ਟਾਈਮ ਦੇ ਮਾਰਦੇ ਪਏ ਹੋ ਜੀ ਇਸ ਸ਼ੋਦੇ ਨੂੰ ਮਾਫ ਕਰ ਦਿਓ ਜੀ ਭਾਵੇਂ ਮੇਰੇ ਤੇ 302 ਦਾ ਪਰਚਾ ਹੋ ਜਾਵੇ ਤੈਨੂੰ ਮੈਂ ਨਹੀਂ ਹੋ ਛੱਡਣਾ ਤੈਨੂੰ ਮੈਂ ਦੱਸਾਂ ਤੈਨੂੰ ਮੈਂ ਫਾਂਸੀ ਦੇਣੀ ਅੱਜ ਹਾਂ ਉਸਤਾਦ ਜੀ ਇਸ ਕੁੱਤੇ ਨੂੰ ਨਾ ਮਾਰੋ ਇਹ ਤੇ ਸ਼ੋਦਾ ਕਦੀ ਪਿੰਡ ਹੀ ਨਜ਼ਰ ਹੀ ਨਹੀਂ ਆਇਆ ਜੀ ਹਾਂਜੀ ਬਿਲਕੁਲ ਜੀ ਪਿੰਡ ਹੀ ਤੇ ਹੁੰਦਾ ਹੀ ਨਹੀਂ ਮੇਰਾ ਖਿਆਲ ਕਿਸੇ ਮੇਲੇ 'ਚ ਲੱਗਾ ਆ ਰਾਤ ਦੀ ਸ਼ਿਫਟ ਹੈ ਦੀ ਆ ਚਬੜ ਜ਼ਮਾਨੇ ਦੀ ਆ ਸਭ ਤੂੰ ਮੇਨ ਤੇ ਖੱਚ ਦੀ ਖੱਚ ਕੁੱਤਾ ਪਿੰਡ ਦਾ ਇਹੋ ਹੀ ਅੱਜ ਭਾਵੇਂ ਮੈਨੂੰ ਪੂਰਾ ਥੇ ਆਖੇ ਨੰਬਰਦਾਰ ਆ ਕੇ ਮੈਨੂੰ ਆਖਣ ਵੀ ਇਹ ਕੁੱਤੇ ਦੀ ਜਾਨ ਛੱਡ ਦੇ ਤੇ ਤੇਰੀ ਮੈਂ ਜਾਨ ਨਹੀਂ ਹੋ ਛੱਡਣੀ ਤੇਰੇ ਮੈਂ ਦੱਸਾਂ ਇਸ ਸ਼ਬਦ ਨੂੰ ਨਾ ਮਾਰੋ ਜੀ ਇਸ ਦੇ ਹਿੱਸੇ ਦੀ ਮਾਫੀ ਮੈਂ ਮੰਗਦਾ ਹਾਂ ਜੀ ਬਿਲਕੁਲ ਤੈਨੂੰ ਮਾਫੀ ਮੰਗਣੀ ਵੀ ਚਾਹੀਦੀ ਤੁਸੀਂ ਆਪਸ ਦੇ ਵਿੱਚ ਸਾਂਢੂ ਜੂ ਹੋਏ ਉਹ ਤੁਹਾਡੇ ਤੇ ਲਾਣਾ ਤੇ ਚਬਾਲ ਜਾਇਆ ਉਹ ਮੈਨੂੰ ਇੱਕ ਕੁੱਤਾ ਲਈ ਖੜਾ ਤੇ ਇੱਕ ਤੂੰ ਲਈ ਖੜਾ ਚਬਾਲ ਜਾਇਆ ਤੂੰ ਜੋ ਮਰਜ਼ੀ ਕਰ ਲਾ ਅੱਜ ਨੂੰ ਮੈਂ ਨਹੀਂ ਛੱਡਣਾ ਤੈਨੂੰ ਮੈਂ ਦੱਸਾਂ ਉਸਤਾਦ ਦਿੱਤੂ ਇਸ ਸ਼ੋਦੇ ਦਾ ਕਸੂਰ ਕੀ ਹੈ ਜੀ ਜੀ ਆ 50 ਰੁਪਈਆਂ ਵਾਲੀ ਮੋਮਬੱਤੀ ਤੈਨੂੰ ਪਤਾ ਹੀ ਨਹੀਂ ਇਸ ਕੀ ਕੀਤਾ ਦਿੱਤੂ ਨਾਲ ਦਿੱਤੂ ਨੂੰ ਜ਼ਲੀਲ ਕੀਤਾ ਸਾ ਓ ਚਬਾਲ ਜ਼ਮਾਨੇ ਦੀ ਆ ਓ ਭੁੱਲ ਗਿਆ ਹੈ ਓ ਜਦੋਂ ਸ਼ੋਰ ਕੋਟ ਗਿਆ ਹੈ ਜੀ ਆ ਸੁਲਤਾਨ ਬਾਹੂ ਸਰਕਾਰ ਦੇ ਮੇਲੇ ਤੇ ਗਿਆ ਹੈ ਜੀ ਆ ਤੇ ਅਸੀਂ ਜਦੋਂ ਉੱਥੋਂ ਨਿਕਲੇ ਆ ਸਲਾਮ ਕਰਕੇ ਤੇ ਪੈਲੀਆਂ ਦੇ ਵਿੱਚੋਂ ਲੱਗਿਆ ਤੇ ਇੱਕ ਕੁੱਤੇ ਮੈਨੂੰ ਵਾਟ ਨਾ ਲਿਆ ਬਿਲਕੁਲ ਤੁਹਾਨੇ ਕੁੱਤੇ ਵੱਢਿਆ ਹੈ ਜੀ ਉੱਥੇ 14 ਟੀਕੇ ਮੈਨੂੰ ਲੱਗਿਆ ਨਾ ਉਹ ਵੀ ਦੁੰਨੀ ਸ਼ਰੀਫ ਵਿੱਚ ਸਾਜੀ ਉਸ ਕੁੱਤੇ ਤੁਹਾਨੂੰ ਵੱਢਿਆ ਹੈ ਸ਼ੋਰ ਕੋਟ ਤੇ ਇਸ ਕੁੱਤੇ ਨੂੰ ਤੁਸੀਂ ਇੱਥੇ ਬਵਾਣੇ ਮਾਰਦੇ ਪਏ ਹੋ ਜੀ ਉਹ ਕੁੱਤਾ ਹੋਰ ਹੈ ਇਹ ਕੁੱਤਾ ਹੋਰ ਹੈ ਜੀ ਆ ਚਬਾਲ ਜ਼ਮਾਨੇ ਦੀ ਆ ਨਾ ਕੱਦ ਵੱਧਾ ਪਿਆ ਤੇਰਾ ਨਾ ਤੇਰੀ ਅਕਲ ਵੱਧੀ ਪੀਏ ਆ ਤੂੰ ਕਿਹੜਾ ਕੰਮ ਉਸੇ ਮੈਂ ਆ ਚਬਾਲ ਜਾਇਆ ਕੁੱਤਾ ਭਾਵੇਂ ਸਾਹੀਵਾਲ ਦਾ ਹੋਵੇ ਭਾਵੇਂ ਖਾਨੇਵਾਲ ਦਾ ਭਾਵੇਂ ਜੰਗ ਦਾ ਭਾਵੇਂ ਸ਼ੋਰ ਕੋਟ ਦਾ ਭਾਵੇਂ ਸਤਿਆਣੇ ਦਾ ਭਾਵੇਂ ਮੀਆਂ ਵਾਲੀ ਦਾ ਹੋਵੇ ਕੁੱਤਾ ਕੁੱਤੇ ਦਾ ਬਿਰਾ ਹੁੰਦਾ ਹੈ ਅੱਗੂ ਆਨੇ ਕਰਦਾ ਆ ਕੜ ਵੇਖੇ ਦੀ ਅੱਗੂ ਮੈਨੂੰ ਡਰਾਉਂਦਾ ਮੈਨੂੰ ਅੱਜ ਮੈਂ ਤੈਨੂੰ ਨਹੀਂ ਉਸਰਨਾ ਚਬਾਲ ਜਾਈਆ ਚੌਸਿਆ
ਇੱਕ ਸ਼ਰਤ ਤੇ ਇਸ ਕੁੱਤੇ ਦੀ ਜਾਨ ਛੁੱਟ ਸਕਦੀ ਆਈ। ਉਹ ਕਿਹੜੀ ਤੇ ਜੀ? ਇਸ ਕੁੱਤੇ ਮੈਨੂੰ ਵੱਢਿਆ ਤਾਂ ਮੈਨੂੰ 14 ਟੀਕੇ ਲੱਗੇ ਆਣ, ਹੁਣ ਮੈਂ ਇਹਨੂੰ ਵੱਢਸਾਂ ਤੇ ਇਹਦੀ ਜਾਨ ਛੁੱਟਸੀ ਆ। ਡਾਕਦਾਰ ਇਹਦੀ ਪੂਛਲ ਦੇ ਵਿੱਚ 28 ਟੀਕੇ ਲਾਉਸੀ, ਇਹਦੀ ਪੂਛਲ ਸੁਣਨ ਹੋਸੀ ਤਾਂ ਮੈਨੂੰ ਸਕੂਨ ਹੋਸੀ ਆ। ਉਸਤਾਦ ਦਿੱਤੂ ਚੱਕ ਵੱਢੋ ਤੇ ਜਲਦੀ ਜਾਨ ਛੱਡੋ। ਓ ਤੇਰੇ ਸਦਕੇ ਜਾਵਾਂ, ਯਾਨੀ ਚੱਕ ਵੱਢਾ ਤਾਂ ਮੇਰਾ ਬਦਲਾ ਪੂਰਾ ਹੋ ਜਾਸੀ, ਪੂਰਾ ਫਦਾ। ਮੇਰੇ ਵਾਸਤੇ ਤੂੰ ਵੀ ਇਹ ਆਈ ਹੈ, ਬੜਾ ਕੌੜਾ ਹੈ ਖੱਚ ਦੀ ਖੱਚ। ਅੱਜ ਤੇਰੀਆਂ ਮੈਂ ਸਾਰੀਆਂ ਦਾਣਾ ਕੱਢ ਦੇ, ਸਭ ਬਦਾਮ ਖਾਵਣ ਨੂੰ ਤਰਸੇ ਚਬਲ ਜਾਏ ਆ। ਉਸਤਾਦ ਜੀ ਹੁਣ ਚੱਕ ਤਾਂ ਵੱਢ ਲਿਆ ਜੇ, ਹੁਣ ਇਹ ਕੁੱਤੇ ਸ਼ਬਦਾਂ ਨੂੰ ਛੱਡ ਦਿਓ ਜੀ। ਹਾਲੀ ਮੈਂ ਛੱਡਿਆ ਨਹੀਂ ਹੋਣਾ, ਚੱਕ ਕੇ ਚਾਲੀ ਫਰੋ ਕੇ। ਉਹ ਬੂਲੀ ਆ ਤੂੰ ਗੁਲਟਰੀਆਂ ਹੈ। ਉਸਤਾਦ ਜੀ ਡੇਰੇ ਤੇ ਇੱਕ ਮੱਝ ਬੜੀ ਸੋਹਣੀ ਆਈ ਖੜੋਤੀ ਹੈ ਜੀ। ਖਤ ਜ਼ਮਾਨੇ ਦੀ ਆ, ਆਈ ਨਹੀਂ ਖੜੀ, ਏਡੀ ਚੌਧਰੀ ਬਾ ਕਲਮ ਖੁਦ ਲੈ ਕੇ ਆਇਆ ਅੱਲਾ ਦੀ ਰਾਮਾ ਦੇ ਨਾਲ, ਤੇ ਸਾਹੀਵਾਲ ਦੀ ਸੋਹਣੀ ਮੱਝ ਹੈ। ਮੇਰੇ ਇੱਕ ਦੋਸਤ ਮੈਨੂੰ ਗਿਫਟ ਕੀਤੀ ਹੈ, ਤੇ ਮੈਨੂੰ ਉਹ ਬੜੀ ਪਸੰਦ ਹੈ, ਬੜੀ ਲਾਡੀ ਮੱਝ ਹੈ। ਤੇ ਕੰਨ ਖੋਲ ਕੇ ਸੁਣ ਲਓ, ਕੋਈ ਕੰਮੀ ਉਹਨੂੰ ਪੱਠੇ ਨਾ ਗੱਤੇ, ਦਿੱਤੂ ਉਹਨੂੰ ਆਪਣੇ ਹੱਥੀ ਨਾਲ ਪੱਠੇ ਪਾਉਸੀ ਅੱਲਾ ਦੀ ਰਾਮਾ ਦੇ ਨਾਲ ਆ। ਜੀ ਆ ਜੀ ਆ, ਤੇ ਚੌਸੀ ਵੀ ਆਪ ਹੀ ਅੱਲਾ ਦੀ ਰਾਮਾ ਦੇ ਨਾਲ 20 ਕਿਲੋ ਦੁੱਧ ਦਿੰਦੀ ਨੇ। ਉਸਤਾਦ ਜੀ ਮੱਝ ਤਾਂ ਮੈਨੂੰ ਬਹੁ ਟਾਈਮ ਦੀ ਭੁੱਖੀ ਲੱਗਦੀ ਹੈ ਜੀ, ਇਹ ਸ਼ੋ ਦੀ ਖਾਧ ਹੋਈ ਕੁਝ ਨਹੀਂ ਜੀ। ਮੇਰੇ ਚਿਹਰੇ ਦੀ ਭੁੱਖੀ, ਮੇਰੇ ਦੋਸਤ ਦਿੱਤੀ ਦਾ ਦੋਸਤ ਕੋਈ ਆਮ ਨਹੀਂ ਹੈ, ਖਾਂਦੇ ਪੀਂਦੇ ਗਰਾਨੇ ਦਾ ਵੇਲੀ ਹੈ ਮੇਰਾ, ਜਾ ਮੱਝ ਦਿੱਤੀ ਹੈ ਮੈਨੂੰ ਆ। ਚੱਲ ਉੱਕਾ ਵੀ ਬੜਾ ਪਿਆਰ ਆਉਂਦਾ ਇੱਥੇ, ਉੱਕਾ ਪਿਆਰ ਆਉਂਦਾ। ਹੋ ਸਕਦਾ ਚਬਲ ਕੁੱਤੇ ਕੋ ਕਾਸ਼ ਕੁਛ ਲਾਉਣਾ ਹੋਵੇ। ਚੱਲ ਤੋ ਲਗਾਓ, ਚੱਲੋ ਜੀ ਚਬਲ ਤਮਾਨੇ ਦੀਏ। ਅਸੀਂ ਸ਼ੁਕਰ ਕਰ ਤਾ ਉਸੇ ਤੇਰੀ ਜਾਨ ਬਚਾ ਲਈ ਹੈ, ਖੱਜ ਦੀ ਖੱਚ। ਅੱਗੋ ਵੇਖ ਕਿਵੇਂ ਸ਼ਰੀਫ ਬਣ ਕੇ ਹੁਣ ਬੈਠਾ ਆ, ਖੱਜ ਦੀ ਖੱਚ। ਚਬਲ ਜਾ, ਤੈਨੂੰ ਮੈਂ ਨਹੀਂ ਛੱਡਣਾ, ਇੱਕ ਕੁੱਤੇ ਨੂੰ ਸੋਟੀ ਚ ਮਾਰੋ ਪੂਰੇ ਇਲਾਕੇ ਦੇ ਕੁੱਤੇ ਇਕੱਠੇ ਹੋ ਜਾਏ, ਏਡਾ ਤੁਹਾਡਾ ਇਤਫਾਕ। ਚਬਲ ਜਾ ਨਾ ਮਿਲਤਾ। ਇਹ ਮਾਝੇ ਸਾਹੀਵਾਲ ਦੀਏ, ਓ ਨਹੀਂ ਕੋਈ ਇਹਦੇ ਨਾਲ ਦੀਏ, ਓ ਨੀਰੇ ਪੱਠੇ ਖਾ ਕੇ ਲੋਕੋ ਪੈਸਾ ਨੂੰ ਪਾਲ ਦੀਏ, ਇਹ ਮਾਝੇ ਸਾਹੀਵਾਲ ਦੀਏ। ਅਜਵਾਰੇ ਮੱਥ ਮਾਇਆ ਵਾਸਤਾ ਦਿੱਤੂ ਵਾ, ਅਜਵਾਰੇ ਮੱਥ ਮਾਇਆ ਤੇ ਜਦਣ ਵੀ ਮੈਂ ਉਹ ਚੋਣ ਬਾਨਾ, ਉਹ ਦਿੰਦੀ ਏ 20 ਕਿਲੋ ਦੁੱਧ ਮਾਇਆ, ਇਹ ਮਾਝੇ ਸਾਹੀਵਾਲ ਦੀਏ, ਉਹ ਨਹੀਂ ਕੋਈ ਇਹਦੇ ਨਾਲ ਦੀਏ, ਉਹ ਨੀਰੇ ਪੱਠੇ ਖਾ ਕੇ ਲੋਕੋ ਉਹ ਪਈ ਬਾਂਦਰ ਪਾਲ ਦੀਏ, ਇਹ ਮਾਝੇ ਸਾਹੀਵਾਲ ਦੀਏ। ਉਹ ਸਾਲ ਇਸੇ ਦੇਸੀ ਦੋਵੇਂ ਕੱਟੀਆਂ, ਇੱਕ ਦੇਸਾ ਮੈਂ ਸਾਲੇ ਨੂੰ, ਉਹ ਦੁੱਧ ਪੀ ਚਿੱਟਾ ਕਰਸੀ ਉਹ ਮੂੰਹ ਆਪਣੇ ਕਾਲੇ ਨੂੰ, ਇਹ ਮੱਝ ਸਾਹੀਵਾਲ ਦੀਏ, ਉਹ ਨਹੀਂ ਕੋਈ ਇਹਦੇ ਨਾਲ ਦੀਏ, ਉਹ ਨੀਰੇ ਪੱਠੇ ਖਾ ਕੇ ਲੋਕੋ ਪੈਸਾ ਨੂੰ ਪਾਲ ਦੀਏ, ਇਹ ਮੱਝ ਸਾਹੀਵਾਲ ਦੀਏ। ਖਾਲਸ ਦੁੱਧ ਦੀ ਦਹੀਂ ਮਾਇਆ ਵਾਸਤਾ ਦਿੱਤੂ ਵਾ, ਖਾਲਸ ਦੁੱਧ ਦੀ ਦਹੀਂ ਮਾਇਆ ਤੇ ਕਈ ਬੰਦੇ ਘੋੜੇ ਹੁੰਦੇ ਉਤੋਂ ਨਹਾਉਂਦੇ ਵੀ ਨਹੀਂ ਮਾਇਆ, ਇਹ ਮਾਝੇ ਸਾਹੀਵਾਲ ਦੀਏ, ਉਹ ਨਹੀਂ ਕੋਈ ਇਹਦੇ ਨਾਲ ਦੀਏ, ਉਹ ਨੀਰੇ ਪੱਠੇ ਖਾ ਕੇ ਲੋਕੋ ਪੈਸਾ ਨੂੰ ਪਾਲ ਦੀਏ। ਆ ਚੌਸਿਆ ਜੀ, ਖੱਚ ਦੀ ਖੱਚ ਆ ਚਬਲ ਜਾਇਆ, ਸਿਰਫ ਘੁੰਮਰੀ ਗੱਤੀ ਜਾਂਦਾ ਚਬਾਲਾ, ਕੋਈ ਤੂੰ ਵੀ ਸਾਨੂੰ ਸੁਣਾ ਤਾ ਗਾਵਣ ਸ਼ਾਵਣ। ਬੜਾ ਦੇ ਉਹ ਕਹਿੰਦਾ ਕਦੇ ਤੂੰ ਢੋਲਾ ਨਹੀਂ ਸੁਣਾਇਆ, ਢੋਲਾ ਸੁਣਾ। ਉਸਤਾਦ ਜੀ ਅੱਜ ਮੈਂ ਤੁਹਾਨੂੰ ਇੱਕ ਢੋਲਾ ਸੁਣਾਉਣਾ ਤੇ ਬਹੁ ਪਿਆਰਾ ਤੇ ਬਹੁ ਮਿੱਠਾ ਤੇ ਸੁਰੀਲਾ ਜੀ। ਸੁਣਾ ਸੁਣਾ ਅੱਜ ਬਾਹ ਕੇ ਸੁਣਾਵਾ? ਨਹੀਂ ਲੰਮੇ ਪਾ ਕੇ ਸੁਣਾ, ਚਬਾਲ ਜਾ ਨਾਲ ਤੈਨੂੰ ਮੈਂ ਡਰੇਪ ਲਾ ਦਿੰਦਾ, ਖੱਚ ਦੀ ਖੱਚ ਨਾ ਆਵੇ ਤਾਂ ਸੁਣਾ ਜਿਵੇਂ ਮਰਜ਼ੀ ਆਈ ਜੀ। ਉਸਤਾਦ ਜੀ ਮੁੜ ਸੁਣੋ ਢੋਲਾ ਜੀ, ਛੱਡੋ ਛੱਡੋ।
ਛੱਡ ਦੇ ਵੀਣ ਮੇਰੇ ਨੂੰ ਬਜ ਨਾ ਜਾਵੇ ਜੂ ਮੈਨੂੰ ਅੱਗੇ ਕਾਸ ਲੱਗੀ ਵਧੀ ਗਈ ਸਜਣਾ ਫੁੱਟਿਆਂ ਦੀ ਹਾਂ ਕਾਸ ਨਹੀਂ ਨਮੂਨੀਆ ਹੋਇਆ ਕਾਲਾ ਸੂ ਓਏ ਉਦੋਂ ਕਲਾਰ ਤੇ ਸ਼ੋਰ ਆਈ ਹਾਂ ਓਏ ਮਨ ਗਰੀ ਜਦੋਂ ਜਾ ਕੇ ਡਿੱਠੀ ਏ ਉੱਚਿਆਂ ਦੀ ਹਾਂ ਜੀ ਬਿਲਕੁਲ ਇਹ ਸਦਕੇ ਆਵਾਂ ਉੱਚਿਆਂ ਕੋਲੋਂ ਹਾਂ ਓ ਜਿੰਨਾ ਬਾਨ ਪਿਓ ਏ ਸਾਂ ਲੁੱਚਿਆਂ ਦੀ ਹਾਂ ਤੂੰ ਕੱਲਾ ਹੀ ਉਸੇ ਇਹ ਵੀ ਲੱਲੀਆਂ ਤੇ ਵਾਲ ਨਹੀਂ ਆਇਆ ਜੁਲਾ ਕੇਡੀ ਸੰਗਤ ਰਲਾਏ ਚਾਉ ਬੰਦਿਆਂ ਸੁੱਚਿਆਂ ਦੀ ਹਾਂ ਉਹ ਮਾਇਆ ਇਹ ਮਾਈ ਗੱਲੇ ਲੇਖ ਪਰਵਾਨੇ ਹਾਏ ਅੱਜ ਕੱਲ ਗਾਇਬ ਹੋਏ ਨੇ ਜਲਾਨੇ ਓਏ ਮੈਨੂੰ ਸਮਾਜ ਕਾਇਨ ਲੱਗੀ ਮੋੜੂ ਨਾ ਦੇ ਰੁਕਿਆਂ ਦੀ ਹਾਂ ਅਨਪੜ ਬੰਦਾ ਲੋਵਣ ਨਾ ਆਵਣ ਤੈਨੂੰ ਕੀ ਇਹ ਦਾਰ ਮੁਰਸ਼ਿਦ ਦਾ ਛੱਡ ਨਾ ਜਾਸਾ ਮਾਇਆਰ ਦਮ ਰਾਖੀ ਬੈ ਕੇ ਕਰਨੀ ਏ ਪੀਰਾਂ ਦੇ ਅੰਜੂ ਕੁੱਤਿਆਂ ਦੀ ਏ ਮੈਨੂੰ ਕਾਇ ਨੀ ਲੋੜ ਖਿਲਾਫਤਾਂ ਦੀ ਓ ਬਾਵੇਂ ਨੌਕਰ ਰੱਖ ਲਵੇਂ ਤੂੰ ਆਪਣੇ ਜੁੱਤਿਆਂ ਦੀ ਅਯਾਤੀ ਦਾ ਪਤਾ ਮੁੰਡੂ ਵੀ ਕੋਈ ਓ ਨੀ ਮੂੰਹ ਜੂ ਸਮਾਜ ਕਾਇ ਨੀ ਲੱਗਣੀ ਸਾ ਕੁੱਟਿਆਂ ਦੀ ਇਹ ਜਿੰਦਾ ਵਤਨਾ ਏ ਤਾਂ ਬਵੀ ਓ ਰਾਮ ਓ ਲਾਰ ਤੇਰਾ ਤੇ ਜੋਲੀ ਮੇਰੀ ਏ ਸਖੀਆ ਏ ਬਾਨ ਆਪਲੇ ਦਾਰ ਦੇ ਉੱਤੇ ਮੋੜ ਝੁਕਿਆਂ ਦੀ ਹੋ ਰਾਤੀ ਕਰੰਸੀ ਕਿਸੇ ਕਾਢ ਲਈ ਏ ਓ ਮੇਰੀ ਸੁੱਤਿਆਂ ਦੀ ਕਾਢ ਦੀ ਖਾਜ ਰਾਤੀ ਪਿਆਜ ਤੇ 125 ਰੁਪਈਆ ਕਾਢ ਕੇ ਲੈ ਜੇ ਆਪਣਾ ਚੌਂਸਿਆ ਜੀ ਆ ਮੇਰਾ ਖਿਆਲ ਹੈ ਪਾਠਵਾ ਦੱਤ ਬੜਾ ਹੋ ਗਿਆ ਮੇਰਾ ਖਿਆਲ ਹੈ ਹੁਣ ਚੱਲੀਏ ਉੱਥੇ ਮਾਝ ਸਾਨੂੰ ਉਡੀਕਦੀ ਪਿਓ ਜੀ ਜੀ ਆ ਉਸਤਾਦ ਜੀ ਚੱਲੀਏ ਮਾਝ ਤਾਂ ਸਾਡੇ ਭੁੱਖੀ ਖਲੋਤੀ ਹੁਣ ਮੈਂ ਰੇੜੀ ਲਾਇਆ ਅਮਨਾ ਇਹ ਮਾਝ ਸਾਈ ਵਾਲ ਦੀਏ ਹੋ ਨਹੀਂ ਕੋਈ ਇਹਦੇ ਨਾਲ ਦੀ ਰੇੜੀ ਕਿੱਥੇ ਆ ਖਾਚ ਦੀ ਕਾਚਾ ਅਗਾ ਹੋ ਰੇੜੀ ਲਾਇਆ ਚਾਲਾ ਲਾਇਆ ਅਗਾ ਤੁਰ ਪਾ ਇੱਕ ਗੜਵੀ ਨਹੀਂ ਚਾਹੁੰਦੀ ਪਈ ਆ ਚਵਾਲ ਜਾਏ ਆ ਕਮੀਨਿਆ ਆ ਜਾ ਮੇਰੇ ਨਾਲ ਚੱਲ ਬਈ ਚੱਲ ਆ ਜਾ ਉਰਾ ਤੁਰ ਪਾ ਅਗਾ ਮੋਦੀ ਦੇ ਮੂੰਹ ਵਾਲਿਆ ਇਹ ਮਾਝ ਸਾਈ ਵਾਲ ਦੀਏ ਚੱਲ ਬਹੁ ਉੱਤੇ ਆ ਚੌਂਸਿਆ ਬਹੁ ਸਦਕੇ ਜਾਵਾਂ ਖੁਸ਼ ਕਰ ਦੇਣਾ ਅੱਜ ਆਪਣੀ ਮਾਝ ਨੂੰ ਅੱਲਾ ਦੀ ਰਹਿਮਤ ਨਾਲ ਚੱਲ ਬਾਈ ਆ ਤੇਰੇ ਸਦਕੇ ਜਾਵਾਂ ਇੰਜ ਨੂੰ ਜਾਣਾ ਈ ਇੰਜ ਨੂੰ ਅਮਰ ਨੀ ਸਾਈ ਸਾਈ ਤੇ ਅਸੀਂ ਆਏ ਤੁਰਿਆ ਚੱਲ ਮਾਰੀ ਚੱਲ ਠੁਮਕੇ ਤੇ ਠੁਮਕਾ ਸਦਕੇ ਜਾਵਾਂ ਟੋਰ ਇੰਜ ਲਗਾ ਚੱਲ ਇਹ ਮਾਝ ਸਾਈ ਵਾਲ ਦੀਏ ਇਹ ਕੋਈ ਇਹਦੇ ਨਾਲ ਦੀਏ ਉਹ ਨੀਰੇ ਪੱਠੇ ਖਾ ਕੇ ਲੋਕੋ ਪੈਸਾ ਨੂੰ ਪਾਲ ਖੋਲ ਕੇ ਖਾ ਨੀ ਮੇਰੀ ਸੋਹਣੀਆਂ ਮੱਝੇ ਮਾਇਆ ਨਾ ਇੰਜ ਖਾ ਜਿਵੇਂ ਪਿਓ ਦਾ ਮਾਲ ਹੁੰਦਾ ਹੈ ਤੂੰ ਸਾਡੀ ਨਵਾਬ ਮੱਝ ਆਹ ਕੀ ਹੋ ਰਿਹਾ ਆਹ ਕੀ ਹੋ ਰਿਹਾ ਮੇਰੀ ਮਾਝ ਦੇ ਨਾਲ ਖੋਤਾ ਖਾਂਦਾ ਪਿਆ ਸਾਰੇ ਪੱਠੇ ਝੂਠੇ ਘਰ ਛੱਡੇ ਸੋ ਮੇਰੀ ਮਾਝ ਖਾ ਗਈ ਤਾਂ ਮਾਝ ਤਾਂ ਹੁਣ ਜ਼ਲੀਲ ਹੋ ਗਿਆ ਤਾਂ ਹੀ ਤੈਨੂੰ ਖੋਤਾ ਆਉਂਦੇ ਨੀ ਓਏ ਆਪਣੀ ਪਲੇਟ ਚ ਖਾਵੀ ਦਾ ਖਾਜ ਦੀ ਕੱਚ ਸਾਰੇ ਪੱਠੇ ਚ ਝੂਠੇ ਕੀਤੇ ਸੀ ਤੋ ਮੇਰੀ ਮਾਝ ਖਾ ਗਈ ਆ ਚੌਂਸੂ ਆ ਕਿੱਥੇ ਮਰ ਗਿਆ ਖਾਜ ਦੀ ਕੱਚ ਵੇਖ ਕੀ ਸਾਡੀ ਬਿਨਾ ਨਿਕਲੀ ਪਈ ਜ਼ਲੀਲ ਹੋ ਗਿਆ ਪੱਲੇ ਕੱਖ ਨੀ ਰਿਹਾ ਖੋਤੇ ਦੇ ਝੂਠੇ ਪੱਠਿਆਂ ਵਾਲਾ ਦੁੱਧ ਪੀਣਾ ਪਉਚੀ ਉਹ ਦੁੱਧ ਪੀ ਕੇ ਤਾਂ ਸਾਨੂੰ ਤਾਂ ਫਿਰ ਤਰਾ ਟਾਈਮ ਮਿਣਕਣਾ ਪਉਚੀ ਉਹ ਬੰਦਿਆਂ ਚ ਬਹਿ ਕੇ ਕਰਸਾਂ ਕਿੰਨੇ ਬਾੜੇ ਲਗਸਾ ਹੈ ਕੱਚ ਦੀ ਕਾਚਾ ਚੌਸਿਆ ਕਿੱਥੇ ਮਾਰ ਗਿਆ ਉਹ ਜ਼ਲੀਲਾ ਕਿੱਥੇ ਬਾਜ ਗਿਆ ਉਸਤਾਦ ਦਿੱਤੂ ਸਾਹਿਬ ਕੀ ਹੋਇਆ ਜੀ ਓਏ ਵੇਂਦਾ ਪਿਆ ਕੀ ਹੋਇਆ ਕਰਾ ਆਪਣੀ ਮਾਝ ਦੇ ਨਾਲ ਖੋਤਾ ਖਾਦੀ ਜਾਂਦਾ ਈ ਪੱਟੇ ਹੈ ਉਹ ਪੱਟੇ ਮਾਝ ਖਾ ਕੇ ਮਾਂ ਤੇ ਅੱਜ ਦੁੱਧ ਦੀ ਕੋਈ ਨੀ ਪੀਣਾ ਅੱਜ ਤਾਂ ਬਣ ਜ਼ਮਾਨੇ ਦੀ ਆ ਇਹ ਸਾਰਾ ਕਸੂਰ ਤੇਰਾ ਆਇਆ ਖੋਤਾ ਕਿੰਨਾ ਦਾ ਮੈਨੂੰ ਅੱਜ ਦਾ ਸੇ ਖੋ ਮੈਂ ਇਹਨਾਂ ਦੇ ਪਰਚਾ ਕਰਾਉਣਾ ਖੋਤਾ ਕਿੰਨਾ ਦੱਸ ਮੈਨੂੰ ਇਹ ਪੱਕ ਨਾਲ ਖੋਤਾ ਮੈਨੂੰ ਨਾਲ ਦਾ ਨਹੀਂ ਸੱਫੂ ਆਉਂਦਾ ਲੱਗਦਾ ਹੈ ਜੀ ਜੀ ਉਸਤਾਦ ਜੀ ਸਹੀ ਆਖਦੇ ਪਏ ਹੋ ਇਹ ਉਸ ਸੱਫੂ ਦਾ ਖੋਤਾ ਜੀ ਤੇ ਇਹ ਸਾਨੂੰ ਬੜਾ ਜ਼ਲੀਲ ਕੀਤਾ ਹੋਇਆ ਜੀ ਇਹਨੂੰ ਮੈਂ ਸੱਤ ਦੇ ਹੋ ਕੇ ਨਾ ਵੇਖ ਰਿਹਾ ਪੱਠੇ ਸਾਡੇ ਖਾਂਦਾ ਹੈ ਤੇ ਮਾਲ ਉਹਨਾਂ ਦਾ ਚਾਹੁੰਦਾ ਹੈ ਬੇਵਫਾ ਚਲਾ ਖੋਤਾ ਖਾਚ ਦੀ ਕੱਚ ਅੱਜ ਬਾਅਦ ਇਹ ਖੋਤਾ ਤੈਨੂੰ ਇੱਥੇ ਨਜ਼ਰ ਨਾ ਉਸੀ ਪਤਾ ਕਿਉਂ ਕਿਉਂ ਜੀ ਇਹਨੂੰ ਜ਼ਹਿਰ ਦਿੰਦੇ ਆ ਜੀ ਹਾਂ ਫੁੜਕ ਕੇ ਮਰ ਜਾ ਸੀ ਇੱਥੇ ਪਟੂਸੀਆਂ ਵੀ ਨਾ ਮਾਰ ਸਕਦੀ ਇੱਥੇ ਕਿਸੇ ਨੂੰ ਦੁਲੱਤੀ ਵੀ ਨਾ ਮਾਰ ਸਕਦੀ ਨਹੀਂ ਤੇ ਇਹਨੇ ਸਾਡੀਆਂ ਮੱਝੀ ਨੂੰ ਝੂਠੇ ਪੱਠੇ ਖੁਆ ਖੁਆ ਕੇ ਮੱਝੀ ਨੂੰ ਵੀ ਖੋਤਿਆਂ ਕਰ ਦੇਣੇ ਤੈਨੂੰ ਮੈਂ ਦੱਸਾਂ ਹਾਂ ਇਹ
ਇੰਜ ਕਰੋ ਬਈ ਇੱਕ ਜ਼ਹਿਰ ਦਾ ਬੰਦੋਬਸਤ ਕਰ। ਉਸਤਾਦ ਜੀ ਮੇਰੇ ਘਰ ਪਈਆਂ ਇੰਜ ਦਾਣੇ ਵਾਲੀਆਂ ਗੋਲੀਆਂ, ਮੈਂ ਉਹ ਅੱਜ ਹੀ ਪੀ ਕੇ ਨਾ ਤੇ ਮੈਂ ਉੱਤੇ ਪੱਠਿਆਂ ਦੇ ਗੱਤਾਂ ਜੀ ਇਹ ਖੋਤਾ ਮਾਰ ਜਾਸੀ, ਸਾਡੇ ਮਗਰੂ ਲੈ ਜਾਸੀ। ਇਸ ਖੋਤੇ ਨੂੰ ਦੁਨੀਆ ਤੇ ਜ਼ਿਆਦਾ ਦੇਰ ਜ਼ਿੰਦਾ ਨਹੀਂ ਰਹਿਣਾ ਚਾਹੀਦਾ, ਇਹ ਕੰਮ ਅੱਜ ਰਾਤੀ ਕਰ ਤੇ ਇਹਨੂੰ ਫੜਕਾ ਮਾਰ ਇਹਨੂੰ ਚਬਾਲ ਦੇ। ਮੈਂ ਆਈ ਰਾਤ ਹੀ ਕਰ ਦੇਣਾ ਅੱਜ ਇਹਦੀ, ਮੈਂ ਪੂਛਲ ਤੇ ਲਾਨਤ ਪਾਵਾਂ ਖੱਚ ਦੀ ਖੱਚ। ਚਲੀਲ ਕਰ ਛੱਡਿਆ ਤਾਂ ਸਾਡਾ ਹੁਣ ਮੈਨੂੰ ਚੰਗੀ ਬਲੀ ਮੱਝ ਨਵਾਉਣੀ ਪੈਣੀ, ਮੱਝ ਨੂੰ ਗੁਸਲ ਕਰਾਉਣਾ ਪੈਣਾ ਤਾਂ ਜਾ ਕੇ ਜਨਾਬ ਸਾਡੇ ਕਾਵਾ ਲਾਉਣੀ, ਆਸ ਦੁੱਧ ਪੀਣਾ ਹੁੰਦਾ, ਖਾ ਲਓ ਸੋ ਮਿਲਾਈ ਆਲਾ। ਜਲੀਲ ਆਦਮੀ ਇਹ ਕਸੂਰ ਤੇਰਾ ਵੀ ਹੈ, ਇਹ ਵੇਖ ਇੰਜ ਖਾਂਦਾ ਜਿਵੇਂ ਪਿਓ ਦਾ ਮਾਲ, ਚਮੜਾ ਕਮੀਨੇ ਖਾਜ ਦੀ ਖਾਜ ਤੱਕ ਦੇ ਖੋਤੇ ਦੇ ਬੱਚੇ ਆ। ਲਿਆ ਲੱਭ ਕੇ ਲਿਆ ਸਰ, ਆ ਮੇਰੇ ਨਾਲ। ਭੱਜ ਕਿਉਂ ਲਾਇਆ, ਭੱਜ ਗਾ, ਤਮਾਸ਼ਾ ਬਣਾਇਆ ਤੁਸੀਂ, ਤੁਸੀਂ ਦਿੱਤੂ ਨੂੰ ਖੱਚ ਸਮਝਿਆ ਹੈ। ਕਿੱਥੇ ਮਰ ਗਿਆ ਹਾਲੀ ਤਾਈ ਜੀ? ਸਾਜੀਆ ਆ ਗਿਆ ਨੇ ਜੀ। ਹਾਂ ਬਈ ਸ਼ਕੀਲਿਆ ਕੀ ਹਾਲ ਈ? ਠੀਕ ਠਾਕ ਚੌਰੀ ਸਾਹਿਬ, ਤੁਸੀਂ ਸੁਣਾਓ ਕੀ ਹਾਲ ਚਾਲ ਦੇ ਤੁਹਾਡਾ, ਕਿਸ ਗੱਲ ਲਈ ਯਾਦ ਕੀਤਾ ਹੈ? ਅੱਜ ਤੈਨੂੰ ਬੜੇ ਜ਼ਰੂਰੀ ਕੰਮ ਵਾਸਤੇ ਲੋਕੀ ਵੀ ਸੋਚਦੇ ਹੋਸਣ ਵੀ, ਲੋਕੀ ਇੱਥੇ ਅੱਜ ਕੱਲ੍ਹ ਅੱਖਾਂ ਵਾਲਿਆਂ ਨੂੰ ਨਹੀਂ ਸੱਦੇ ਪਏ ਤੇ ਦਿੱਤੂ ਇੱਥੇ ਅੰਨਿਆਂ ਨੂੰ ਆਪਣੇ ਕੋਲ ਸੱਦ ਰਿਹਾ। ਅੰਨਿਆਂ ਅੱਜ ਤੈਨੂੰ ਮੈਂ ਉਹ ਕੰਮ ਦਿੰਦਾ ਪਿਆ ਜਿਹੜਾ ਸਿਰਫ ਤੂੰ ਕਰ ਸਕਦਾ ਆ। ਬਿਸਮਿਲ੍ਲਾ ਜੀ, ਬਿਸਮਿਲ੍ਲਾ ਚੌਧਰੀ ਦਿੱਤੂ, ਇਹਨੂੰ ਵਾੜੇ ਚ ਲੈ ਜਾ ਜੀ ਆ, ਤੇ ਇਹਨੂੰ ਜਾ ਕੇ ਵਿਖਾ ਉੱਥੇ ਇੱਕ ਜਾਨਵਰ ਮਰਿਆ ਪਿਆ ਹੀ ਅੰਨਿਆਂ, ਜਾ ਵੇਖ ਕੇ ਆ ਜਾਨਵਰ ਕਿਹੜਾ ਮਰਿਆ ਪਿਆ, ਜਾ ਭੱਜ ਕੇ ਉਹ ਜੀ ਆ ਕੇ ਚੌਧਰੀ ਭੱਜ ਕੇ ਉਹ ਗਾ ਜੀ ਚੌਧਰੀ। ਹਾਂ ਬਈ ਵੇਖ ਆਇਆ ਜੀ ਚੌਰੀ ਸਾਹਿਬ, ਵੇਖ ਆਇਆ ਬਵੋ। ਚੌਰੀ ਦਿੱਤੂ ਬੜਾ ਅਫਸੋਸ ਹੋਇਆ ਜੀ। ਕੋਈ ਐਸੀ ਗੱਲ ਨਹੀਂ, ਮੈਨੂੰ ਦੱਸ ਵੀ ਜਾਨਵਰ ਕਿਹੜਾ? ਮਾਸ਼ਾਅੱਲਾ ਬੜਾ ਸੋਹਣਾ ਤੇ ਚੌਣ ਜਾਨਵਰ ਸੀ, ਇੰਜ ਲੱਗਦਾ ਜਿਵੇਂ ਸਾਹੀਵਾਲ ਦੀ ਮੱਝ ਮਰ ਗਈ, ਬੜਾ ਚੌਣ ਦੁੱਧ ਦੇਣ ਵਾਲੀ। ਓ ਮੇਰੀ ਸਾਹੀਵਾਲ ਦੀ ਮੱਝੇ, ਹੁਣ ਅਸੀਂ ਕੀ ਕਰਸਾ, ਹੁਣ ਤਾਂ ਸਾਨੂੰ ਕਿਸੇ ਮੰਗ ਵੀ ਲੱਸੀ ਵੀ ਨਹੀਂ ਦੇਣੀ। ਹਾਏ ਹੁਣ ਦੁੱਧ ਕਿੱਥੋਂ ਪੀਸਾ, ਬਾਕੀ ਤਾਂ ਮੱਝੀ ਸੂਈਆਂ ਹੀ ਕੋਈ ਨੀ ਹੋਈਆਂ। ਇਹ ਆਈ ਸਾਹਿਬ, ਇਹ ਮੱਝ ਸਾਹੀਵਾਲ ਦੀ ਆਈ। ਹਾਏ ਓਏ ਮੇਰੀ ਨਵਾਬਾਂ ਦੀ ਨਵਾਬ ਮੱਝੋ, ਇਹ ਕਿੱਥੇ ਮਰ ਗਿਆ ਹੈ? ਇਹ ਚੌਸਾ ਕਿੱਥੇ? ਇਹਦੇ ਬਾਹਰ ਆ, ਇਹਦੇ ਬਾਹਰ ਆ, ਚੂਹੇ ਫੱਦਾਂ ਨਾਲ ਕਿੜਕੀ ਇੱਥੇ ਆ। ਓਏ ਇਸ ਪਾਸੇ ਆ ਜਾ, ਲਮਕਾ ਨਾਲੇ ਆ ਨਾਲੇ ਆ, ਉਰਾ ਆ ਜਾ, ਉਰਾ ਆ ਜਾ। ਇੱਥੇ ਚੂਚਾ ਬਣ ਕੇ ਤੇ ਦੋਵੇਂ ਦੋਵੇਂ ਆਂਡੇ ਦੇ, ਇੱਥੇ ਕੰਨ ਫਾੜ, ਚੂਚਾ ਸ਼ਰੀਫ ਬਣ ਜਾ, ਇੱਥੇ ਕੰਨ ਫਾੜ ਲਾ। ਓਏ ਕਮੀਨੇ, ਓਏ ਅੰਨੇ ਬੰਦੇ ਨੂੰ ਪਤਾ ਲੱਗ ਗਿਆ ਵੀ ਆ ਜਾਨਵਰ ਮਾਝੇ, ਤੇ ਤੂੰ ਚੰਗਾ ਭਲਾ ਅੱਖੀ ਆਣਾ, ਤੈਨੂੰ ਇਹ ਨੀ ਪਤਾ ਵੀ ਜ਼ਹਿਰ ਖੋਤੇ ਨੂੰ ਦਿੱਤਾ ਈ ਜਾਂ ਮਾਝ ਨੂੰ ਦਿੱਤਾ ਈ। ਇਹ ਮੱਝ ਸਾਹੀਵਾਲ ਦੀ ਹਾਈ, ਕਿਸੇ ਦੇ ਨਾਲ ਦੀ ਨਾਈ ਨਿਰੇ ਪੱਟੇ ਕਾ ਕੇ ਤੇ ਸਾਨੂੰ ਪਾਲਦੀ ਆਈ। ਓਏ ਹੁਣ ਸਾਡਾ ਕੀ ਬਣਸੀ? ਓਏ ਹੁਣ ਤਾਂ ਸਾਨੂੰ ਕਿਸੇ ਲੱਸੀ ਮੰਗਵੀ ਵੀ ਨਹੀਂ ਦੇਣੀ, ਓਏ ਕੀ ਬਣਸੀ? ਓ ਚੌਸੂ, ਆ ਤੈਨੂੰ ਮੈਂ ਤਰਖਾਣ ਕੋ ਲਿਜਾ ਕੇ ਤੇਰੇ ਚੂ ਚਾਰ ਲਾਟੂ ਕਟਾਉਣੇ ਨੇ ਚਬਾ। ਮੈਨੂੰ ਜ਼ਲੀਲ ਕੀਤਾ ਇਹਨੇ। ਹਾਂ ਲਮੂਈਆ, ਲੈ ਵੀ ਵੇਖਣ ਵਾਲਿਓ ਸੱਜਣੋ ਤੇ ਬੇਲੀਓ, ਵੇਖੀ ਤੇ ਖੜੇ ਹੋ ਵੀ ਅੱਜ ਦਿੱਤੂ ਨਾਲ ਬਣੀ ਕੀ ਹੈ।
ਹਾਏ ਸਿਆਣੇ ਸਹੀ ਆਉਂਦੇ ਨੇ, ਜਿਹੜੇ ਬੰਦੇ ਕਿਸੇ ਦਾ ਬੁਰਾ ਸੋਚਦੇ ਨੇ ਉਹ ਨਾ ਆਪ ਨਾਲ ਬੁਰਾ ਹੁੰਦਾ। ਅੱਜ ਮੈਂ ਕਿਸੇ ਵਾਸਤੇ ਟੋਇਆ ਖਟਿਆ ਵੀ ਕਿਸੇ ਦਾ ਖੋਤਾ ਮਰ ਜਾਵੇ ਤਾਂ ਮੇਰੀ ਮੱਝ ਮਰ ਗਈ। ਅੱਜ ਮੈਨੂੰ ਨਸੀਹਤ ਹੋ ਗਈ ਨੇ ਦਿੱਤੂ ਨੂੰ, ਦਿੱਤੂ ਦੀ ਪੈਰੀ ਚੋਰੀ ਤੇ ਪਹਿਲਾਂ ਹੀ ਫਾ। ਲੇਕਿਨ ਮੈਂ ਤੁਹਾਨੂੰ ਨਸੀਹਤ ਕਰਨਾ, ਦਿੱਤੂ ਦੀਆਂ ਨਸੀਹਤਾਂ ਵੀ ਯਾਦ ਕੀਤੀਆਂ ਕਰੋ। ਆਹ ਨਸੀਬਾਂ ਦੇ ਗਾਣੇ ਤਾਂ ਬੜੇ ਯਾਦ ਨੇ ਤੁਹਾਨੂੰ, ਇਹ ਦਿੱਤੂ ਦੀ ਨਸੀਹਤ ਹੀ ਨੇ। ਕਿਸੇ ਨਾਲ ਬੈੜਾ ਨਾ ਕਰਿਆ, ਨਹੀਂ ਤਾਂ ਤੁਹਾਡੇ ਆਪ ਨਾਲ ਬੈੜਾ ਹੋ ਜਾਣਾ। ਚਵੜਾ ਜਾਈਆਂ ਕੱਚ ਦੀ ਕੱਚ, ਤੈਨੂੰ ਨਹੀਂ ਹੋ ਮੈਂ ਛੱਡਣਾ ਤਜਰਬਾ ਦਿੱਤਾ। ਤੁਸੀਂ ਮੇਰਾ ਕੋਈ ਹੋਰ ਕਲਿੱਪ ਵੇਖੋ ਤੇ ਆ ਜ਼ਰਾ ਮੈਂ ਚੌਸੇ ਨੂੰ ਪਿਲਪਣਾ ਕਰ ਲਵਾਂ। ਦੋਸਤੋ, ਹਮਾਰੀ ਵੀਡੀਓ ਅੱਛੀ ਲੱਗੀ ਹੋ ਤੋ ਹਮਾਰੇ ਚੈਨਲ ਪੈਂਡੂ ਨਿਊਜ਼ ਕੋ ਸਬਸਕ੍ਰਾਈਬ ਕਰੇਂ, ਲਾਈਕ ਕਰੇਂ ਔਰ ਬੈਲ ਆਈਕਨ ਕੋ ਦਬਾਏਂ ਤਾਂ ਕਿ ਹਰ ਆਨੇ ਵਾਲੀ ਨਈ ਵੀਡੀਓ ਆਪ ਤੱਕ ਪਹੁੰਚ ਸਕੇ।